ਦੀ ਸ਼ੁਰੂਆਤ ਜੀ 50 ਪੌਂਡ ਤੋਂ ਕੀਤੀ ਗਈ ਸੀ, ਜੋ ਕਿ ਅੱਜ 600 ਪੌਂਡ ਤੱਕ ਪਹੁੰਚ ਗਈ ਹੈ ਜੀ। ਹਰ ਸਾਲ ਦੀ ਤਰ੍ਹਾਂ ਥੋੜ੍ਹਾ ਥੋੜ੍ਹਾ ਵਧਾਈ ਜਾ ਰਹੇ ਹਾਂ ਜੀ ਕੇਕ। ਤਿੰਨ ਤੋਂ ਚਾਰ ਦਿਨ ਦੀ ਤਿਆਰੀ ਪਹਿਲੇ ਕੀਤੀ ਜਾਂਦੀ ਹੈ ਕੇਕ ਨੂੰ ਬਣਾਉਣ ਦੀ, ਫਿਰ 4 ਤੋਂ 5 ਕਾਰੀਗਰ ਲੱਗਦੇ ਹੈ ਔਰ ਇਸਨੂੰ ਨਿਬੇੜੇ ਚਾਰਦੇ ਹੋ। ਜਉ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਬਣਾਇਆ ਗਿਆ ਹੈ ਇਹ 600 ਪੌਂਡ ਦਾ ਕੇਕ। ਇਹ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸੰਗਤ ਨੂੰ ਵਰਤਾਇਆ ਜਾਵੇਗਾ। ਦਰਅਸਲ ਹਰੇਕ ਸਾਲ ਇਹ ਪਰਿਵਾਰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਇਸੇ ਤਰੀਕੇ ਦੇ ਨਾਲ ਸੇਵਾ ਨਿਭਾਉਂਦਾ ਆਇਆ ਹੈ ਤੇ ਇਸ ਸਾਲ ਫਿਰ ਇਹਨਾਂ ਨੇ ਸੇਵਾ ਨਿਭਾਈ ਹੈ। ਦੇਖੋ ਕਿੰਨੀ ਸ਼ਰਧਾ ਭਾਵਨਾ ਦੇ ਨਾਲ ਇਸ 600 ਪੌਂਡ ਦੇ ਕੇਕ ਨੂੰ ਤਿਆਰ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਵਿੱਚ ਇੱਕ ਪਰਿਵਾਰ ਦੇ ਵੱਲੋਂ ਇਹ ਸੇਵਾ ਨਿਭਾਈ ਗਈ ਅਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਇਸ ਕੇਕ ਨੂੰ ਬਣਵਾਇਆ ਗਿਆ। ਇਸ 600 ਪੌਂਡ ਦੇ ਕੇਕ ਨੂੰ ਟਰਾਲੀ ਦੇ ਵਿੱਚ ਲਿਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸਥਾਨ ਸ਼ਹੀਦ ਸਾਹਿਬ ਗੁਰਦੁਆਰੇ ਵਿਖੇ ਰੱਖਿਆ ਜਾਵੇਗਾ ਅਤੇ ਉੱਥੇ ਭੋਗ ਲੱਗਣ ਤੋਂ ਬਾਅਦ, ਅਰਦਾਸ ਕਰਵਾਉਣ ਤੋਂ ਬਾਅਦ ਸੰਗਤ ਦੇ ਵਿੱਚ ਵਰਤਾਇਆ ਜਾਵੇਗਾ। ਇਹ ਪਰਿਵਾਰ ਪਿਛਲੇ ਕਾਫੀ ਸਾਲਾਂ ਤੋਂ ਇਹ ਸੇਵਾ ਨਿਭਾ ਰਿਹਾ ਹੈ। ਇਹਨਾਂ ਦੀ ਸੇਵਾ ਪ੍ਰਵਾਨ ਹੋਣੀ ਚਾਹੀਦੀ ਹੈ। ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਚਾਰੇ ਪਾਸੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਥਾਂ ਥਾਂ 'ਤੇ ਲੰਗਰ ਲੱਗ ਰਹੇ ਨੇ ਅਤੇ ਇਸ ਪਰਿਵਾਰ ਨੇ ਇੱਕ ਵੱਖਰੇ ਢੰਗ ਦਾ ਲੰਗਰ ਲਗਾਇਆ ਹੈ ਜਿੱਥੇ 600 ਪੌਂਡ ਦਾ ਐਗਲੈਸ ਕੇਕ ਬਣਵਾਇਆ ਗਿਆ। ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਕੇਕ ਦੀ ਸੇਵਾ ਨਿਭਾਈ ਜਾਂਦੀ ਹੈ। ਇਹ ਕੇਕ ਦੀ ਸੇਵਾ 10 ਸਾਲ ਪਹਿਲੇ ਸ਼ੁਰੂ ਕੀਤੀ ਗਈ ਸੀ। ਪਹਿਲੇ 50 ਪੌਂਡ ਦਾ ਕੇਕ ਬਣਾਇਆ ਗਿਆ ਸੀ, ਹੁਣ ਇਹ ਕੇਕ ਬਣਾਉਂਦੇ ਬਣਾਉਂਦੇ 600 ਪੌਂਡ ਤੱਕ ਪਹੁੰਚ ਚੁੱਕਾ ਹੈ। ਕਿੱਦਾਂ ਮਨ ਵਿੱਚ ਆਈਡੀਆ ਆਇਆ ਕੇਕ ਬਣਾਉਣ ਦਾ? ਜਿਸ ਤਰ੍ਹਾਂ 50 ਪੌਂਡ ਦਾ ਕੇਕ ਬਣਾਇਆ ਗਿਆ, ਫਿਰ ਹੌਲੀ ਹੌਲੀ ਕੇਕ ਦਾ ਸਾਈਜ਼ ਵੱਡਾ ਕੀਤਾ ਗਿਆ, ਇਹਨੂੰ 600 ਪੌਂਡ ਤੱਕ ਲਿਜਾਇਆ ਗਿਆ। ਹਰ ਸਾਲ ਇਸ ਤਰ੍ਹਾਂ ਹੀ ਹੁੰਦਾ ਸੀ ਕਿ ਕੁਛ ਨਵਾਂ ਕਰਨਾ, ਕੁਛ ਇਸ ਤੋਂ ਵੱਡਾ ਕਰਨਾ ਸਾਈਜ਼, ਫਿਰ ਇਸ ਤਰ੍ਹਾਂ ਕਰਦੇ ਕਰਦੇ 600 ਪੌਂਡ ਦਾ ਕੇਕ ਬਣਾਇਆ ਗਿਆ। ਕਿੰਨਾ ਸਮਾਂ ਇਹਨੂੰ ਲੱਗਦਾ ਕੇਕ ਨੂੰ, ਕਿੰਨੇ ਕਰੀ ਕੇ ਲੱਗਦਾ? 3 ਤੋਂ 4 ਦਿਨ ਦੀ ਤਿਆਰੀ ਪਹਿਲੇ ਕੀਤੀ ਜਾਂਦੀ ਹੈ ਕੇਕ ਨੂੰ ਬਣਾਉਣ ਦੀ, ਫਿਰ 4 ਤੋਂ 5 ਕਾਰੀਗਰ ਲੱਗਦੇ ਹੈ ਔਰ ਇਸਨੂੰ ਨਿਬੇੜੇ ਚਾਰਦੇ ਹੋ। ਇਸ ਕੇਕ ਨੂੰ ਨਾਮ ਵੀ ਦਿੱਤਾ ਗਿਆ ਹੁਣ? ਟਰਾਲੀ ਵਾਲਾ ਕੇਕ ਨਾਮ ਦਿੱਤਾ ਗਿਆ ਇਸਨੂੰ। ਲੋਕ ਉੱਥੇ ਬੇਸਬਰੀ ਨਾਲ ਇੰਤਜ਼ਾਰ ਕਰਦੇ ਕਿ ਟਰਾਲੀ ਵਾਲਾ ਕੇਕ ਆਏਗਾ ਤੇ ਉਹ ਅਸੀਂ ਖਾਣਾ। ਕਹਿੰਦੇ ਕਿ ਵਿਦੇਸ਼ਾਂ ਤੋਂ ਵੀ ਰਿਸ਼ਤੇਦਾਰ ਆਏ ਤੇ 26 ਤਰੀਕ ਦੀ ਕੇਕ? ਹਾਂਜੀ ਬਿਲਕੁਲ, ਵਿਦੇਸ਼ਾਂ ਤੋਂ ਆਏ ਕੁਛ 20 ਸਾਡੇ ਆਏ, ਕੋਈ ਨਿਊਜ਼ੀਲੈਂਡ ਤੋਂ ਆਇਆ, ਕੋਈ ਕੈਨੇਡਾ ਤੋਂ ਆਇਆ। ਹਰ ਸਾਲ ਕੇਕ ਦੀ ਸੇਵਾ ਨਿਭਾਉਣ ਦੇ ਲਈ ਉਹ ਪਹੁੰਚਦੇ ਆ। ਹਾਥੀ ਘੋੜਿਆਂ ਔਰ ਊਠ ਦੇ ਨਾਲ ਕੇਕ ਨੂੰ ਲਿਜਾਇਆ ਜਾਂਦਾ। ਪਹਿਲੇ ਗੱਤਕਾ ਖੇਡਿਆ ਜਾਂਦਾ, ਫਿਰ ਸਾਰੀ ਸੰਗਤ ਮਿਲ ਕੇ ਟਰਾਲੀ ਦੇ ਉੱਤੇ ਕੇਕ ਨੂੰ ਲੈ ਕੇ ਜਾਂਦੀ ਹੈ ਔਰ ਬਹੁਤ ਹੀ ਉਤਸ਼ਾਹ ਦੇ ਨਾਲ ਸਾਰੀ ਸੰਗਤ ਕੇਕ ਲੈ ਕੇ ਜਾਂਦੀ ਹੈ। ਬਹੁਤ ਕਰਮਾਂ ਵਾਲੇ ਆ। ਦੇਖੋ ਬਾਬਾ ਜੀ ਆਪਣੀ ਸੇਵਾ ਆਪ ਹੀ ਕਰਵਾਉਣ ਵਾਲੇ ਆ, ਬਾਬਾ ਜੀ ਦੀ ਕਿਰਪਾ ਦੇ ਨਾਲ ਸੇਵਾ ਨਿਭਾਈ ਜਾਂਦੀ ਹੈ। ਸਭ ਤੋਂ ਪਹਿਲਾਂ ਜੀ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਨਮ ਦਿਹਾੜੇ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਕੀ ਉਪਰਾਲਾ ਕੀਤਾ ਜਾਂਦਾ ਤੁਹਾਡੇ ਵੱਲੋਂ ਹਰ ਸਾਲ? ਹਰ ਸਾਲ ਦੀ ਤਰ੍ਹਾਂ ਜੀ ਇਸ ਸਾਲ ਵੀ ਜੀ ਉਪਰਾਲਾ ਕੀਤਾ ਗਿਆ ਜੀ, ਜੋ ਕਿ 26 ਜਨਵਰੀ ਵਾਲੇ ਦਿਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਤੇ
ਕੇਕ ਰਾਤੀ 12 ਵਜੇ ਜਾ ਕੇ ਸ਼ਹੀਦਾਂ ਸਾਹਿਬ ਕੱਟਿਆ ਜਾਂਦਾ ਹੈ ਜੀ। ਇਸਦੀ ਸ਼ੁਰੂਆਤ ਕਿੱਦਾਂ ਕੀਤੀ ਗਈ? ਇਸਦੀ ਸ਼ੁਰੂਆਤ ਜੀ 50 ਪੌਂਡ ਤੋਂ ਕੀਤੀ ਗਈ ਸੀ, ਜੋ ਕਿ ਅੱਜ 600 ਪੌਂਡ ਤੱਕ ਪਹੁੰਚ ਗਈ ਹੈ ਜੀ। ਹਰ ਸਾਲ ਦੀ ਤਰ੍ਹਾਂ ਥੋੜ੍ਹਾ ਥੋੜ੍ਹਾ ਵਧਾਈ ਜਾ ਰਹੇ ਹਾਂ ਜੀ। ਕੇਕ ਅੱਜ ਆਪਾਂ 600 ਪੌਂਡ 'ਤੇ ਪਹੁੰਚ ਗਏ ਜੀ। ਇਸ ਕੇਕ ਨੂੰ ਦੇਖਣ ਵਾਸਤੇ ਬੜੇ ਦੂਰੋਂ ਦੂਰੋਂ ਮੇਰੇ ਵੀਰ ਭੈਣ ਭਰਾ ਆ ਜਾਂਦੇ, ਜੋ ਕਿ ਮੇਰੇ ਇਕੱਲੇ ਦਾ ਕੰਮ ਨਹੀਂ ਹੈ, ਮੇਰੇ ਸਾਰੇ ਦੇ ਸਹਿਯੋਗ ਨਾਲ ਹੋ ਰਿਹਾ, ਭੈਣ ਭਰਾਵਾਂ ਦੇ ਸਹਿਯੋਗ ਨਾਲ, ਸੰਗਤ ਦੇ ਸਹਿਯੋਗ ਨਾਲ ਕੰਮ ਕੀਤਾ ਜਾ ਰਿਹਾ ਜੀ। ਇਹ ਰਾਤੀ 12 ਵਜੇ ਟਰਾਲੀ ਤੇ ਕੇਕ ਲੈ ਕੇ ਜਾਇਆ ਜਾਂਦਾ ਜੀ, ਜੋ ਕਿ ਇੱਥੇ ਸ਼ਹੀਦਾਂ ਸਾਹਿਬ ਕੱਟਿਆ ਜਾਂਦਾ ਜੀ ਕੇਕ। ਤੇ ਇਸ ਨੂੰ ਨਾਮ ਕੋਈ ਦਿੱਤਾ ਗਿਆ ਸੀ? ਇਹਨੂੰ ਟਰਾਲੀ ਵਾਲਾ ਕੇਕ ਕਹਿੰਦੇ ਆ ਜੀ। ਇਹ ਨਗਰ ਕੀਰਤਨ ਦੇ ਵਿੱਚ ਇੱਕ ਰੂਪ ਦਿੱਤਾ ਗਿਆ ਇਸ ਨੂੰ? ਹਾਂਜੀ, ਹਾਥੀ ਘੋੜੇ ਊਂਠ ਦੇ ਗਤਕਾ ਪਾਰਟੀ ਦੇ ਰੂਪ ਵਿੱਚ ਕੇਕ ਲੈ ਕੇ ਜਾਇਆ ਜਾਂਦਾ ਜੀ। ਇਹ ਰਾਤੀ 12 ਵਜੇ ਕੱਟਿਆ ਜਾਂਦਾ ਜੀ ਕੇਕ। ਬੱਚੇ ਵੀ ਪਹੁੰਚਦੇ ਸਾਰੇ? ਹਾਂਜੀ ਹਾਂਜੀ, ਤੁਸੀਂ ਦੇਖ ਹੀ ਰਹੇ ਹੋ ਜੀ ਕਿੰਨਾ ਉਤਸ਼ਾਹ ਜੀ ਲੋਕਾਂ ਦੇ, ਬੜੇ ਦੂਰੋਂ ਦੂਰੋਂ ਲੋਕੀ ਫੋਨ ਕਰ ਰਹੇ ਕਿੰਨੇ ਵਜੇ ਜਾਣਾ, ਕਿੰਨੇ ਵਜੇ ਜਾਣਾ, ਬਸ ਤਿਆਰੀ ਹੋ ਰਹੀ ਹੈ ਜੀ। ਕਿੰਨਾ ਸਮਾਂ ਲੱਗਦਾ ਇਹਨੂੰ ਬਣਾਉਣ ਦੇ ਵਿੱਚ? ਤਕਰੀਬਨ 3-4 ਦਿਨ ਲੱਗ ਜਾਂਦੇ ਆ, ਜੋ ਕਿ ਅੱਜ ਇੱਥੇ ਆ ਕੇ 7-8 ਘੰਟੇ ਲੱਗ ਜਾਂਦੇ ਕੇਕ ਅਸੈਂਬਲ ਹੋਣ ਵਾਸਤੇ ਜੀ। ਕਿੰਨੇ ਕਾਰੀਗਰ ਬਣਾਉਂਦੇ ਨੇ? ਇਹ 5-6 ਕਾਰੀਗਰ ਬਣਾਉਂਦੇ ਆ ਜੀ ਕੇਕ। ਹਰ ਸਾਲ ਦੀ ਤਰ੍ਹਾਂ ਸੇਵਾ ਨਿਭਾਈ ਜਾਵੇ? ਹਾਂਜੀ ਹਾਂਜੀ, ਹਰ ਸਾਲ ਦੀ ਤਰ੍ਹਾਂ ਜੀ, ਬਾਬਾ ਜੀ ਸੇਵਾ ਲਈ ਜਾਣਗੇ, ਆਪਾਂ ਹਰ ਸਾਲ ਬਣਾਈ ਜਾਵਾਂਗੇ ਜੀ।